ਮੈਂ ਕਈ ਵਾਰੀ ਤੁਸੀਂ ਸੁਣ ਸਕੇ ਜੇ ਔਰ ਕਹਿੰਦਾ ਔਰ ਹੁਣ ਵੀ ਕਹਿੰਦਾ ਕਿ ਮੌਲਵੀ ਸਭ ਕਣ ਪੜ੍ਹ ਲੈਣ ਪੀਰ ਮੇਰੇ ਲਈ ਸ਼ੇਰ ਦੀ ਕਿਤਾਬਾਂ ਅਤੇ ਕਾਜ਼ੀਆਂ ਦੇ ਫਿਤਨੇ ਲਈ ਉਹ ਬਿਲਕੁਲ ਮਸਲਾ ਆ ਜਾਣ ਅਤੇ ਹੋਰ ਜਿੰਨੀਆਂ ਮਰਜ਼ੀ ਪੜ੍ਹਦੇ ਫਿਰ ਜਵਾਬ ਨਹੀਂ ਆਉਣਾ। ਇਹ ਮੈਂ ਸਾਹ ਮਜਲਸ ਕਹਿੰਦਾ ਜਿੰਨੀਆਂ ਮਰਜ਼ੀ ਪੜ੍ਹੋ ਨਾ ਪਾਕਟ ਬੁੱਕਾਂ ਮਰਜ਼ੀਆਂ ਦਾ ਜਵਾਬ ਕੋਈ ਨਹੀਂ ਆਉਣਾ। ਉਹਨਾਂ ਨੇ ਕੋਈ ਨਾ ਕੋਈ ਚਲਾਕੀ ਕਰ ਦੇਣੀ ਹੈ। ਸਿਰਫ ਇੱਕ ਸੈਯਦ ਆ ਸਈਦ ਮੇਰੇ ਲਈ ਸ਼ਾਰਾ ਅਮਤੁਲਾਲ ਹੈ ਸਹਿਫੇ ਚਿਸ਼ਤਿਆਈ ਔਰ ਸ਼ਮਸੁਰ ਹੈ ਮਗਰ ਪੜ੍ਹਨੀਆਂ ਸਬਕਾਂ ਨਾ ਪੈਣੀਆਂ ਤੁਹਾਨੂੰ ਉਰਦੂ 'ਚ ਮੈਂ ਦੇ ਦਿਆਂ ਤਾਂ ਮੌਲਵੀਆਂ ਨੂੰ ਦੇ ਦਿਓ ਜੇ ਪੜ੍ਹ ਕੇ ਸਮਝ ਆਉਣਗੇ ਮੈਨੂੰ ਪੁੱਛ ਲਿਆ। ਏਡਾ ਆਲਮ ਸੀ ਔਰ ਪਹਾੜ ਸੀ ਇਲਮ ਦਾ ਔਰ ਜਦੋਂ ਫਿਰ ਮੈਦਾਨ ਜਾ ਕੇ ਉੱਥੇ ਤਕਰੀਰਾਂ ਸ਼ਾਹ ਸਾਹਿਬ ਨੇ ਕੀਤੀਆਂ ਦਲੀਆ ਅੱਜ ਤੱਕ ਯਾਦਗਾਰ ਕੋਈ ਬੋਲ ਨਹੀਂ ਸਕਿਆ ਅਤੇ ਲੋਕਾਂ ਨੇ ਆਖਿਆ ਸ਼ਾਹ ਜੀ ਤੁਸੀਂ ਹਿਜਰਤ ਕਰ ਗਿਆ ਸੀ ਤੁਸੀਂ ਇਰਾਦਾ ਕਰ ਰਿਹਾ ਸੀ ਮੱਕੇ ਮਦੀਨੇ ਰਹਿਣਾ ਹਜ ਨੂੰ ਗਿਆ ਸੀ ਫਿਰ ਮੈਂ ਹਾਂ ਇਹੋ ਹੀ ਇਰਾਦਾ ਸੀ ਮਗਰ ਉੱਥੇ ਹਜ਼ਰਤ ਹਾਜੀ ਇਮਦਾਦੁੱਲਾ ਮਹਾਜਰ ਮੱਕੀ ਨੂੰ ਅੱਲਾ ਦੇ ਰਸੂਲ ਖਾਬ 'ਚ ਮਿਲਿਆ ਉਹਨਾਂ ਕਿਹਾ ਮੇਰੇ ਅਲੀ ਨੂੰ ਕਹਿ ਦੇ ਹਿੰਦੁਸਤਾਨ ਨੂੰ ਚਲਾ ਦੇ ਉੱਥੇ ਫਿਤਨਾ ਉੱਠਣ ਵਾਲਾ ਔਰ ਉਹਦਾ ਮੁਕਾਬਲਾ ਇਸ ਕਰਨ ਆਏ ਤਾਂ ਆਉਂਦੇ ਨੇ ਮਿਰਜ਼ਾ ਰਫੜ ਪਿਆ ਯਾਰ ਬਿਲਕੁਲ ਦਰਵੇਸ਼ ਸੀ ਆਬਦ ਆਦਮੀ ਸੀ ਚੱਲ ਕਿਉਂ ਆਉਂਦੇ ਝਗੜੇ ਯਾਰ ਮੌਲਵੀ ਕਰਦੇ ਫਿਰਦੇ ਮੈਂ ਤੇ ਬਾਅਦ ਮਗਰ ਸਾਰਿਆਂ ਨੇ ਜਾ ਕੇ ਪੈਰ ਫੜੇ ਸ਼ਾਹ ਜੀ ਇਹ ਕੰਮ ਤੁਹਾਡੇ ਬਗੈਰ ਨਹੀਂ ਹੋਣਾ। ਪੀਰ ਸਾਹਿਬ ਨੇ ਫਿਰ ਕਿਤਾਬਾਂ ਲਿਖੀਆਂ ਇਸ ਪਾਰੋਂ ਇਸ ਅਹਿਸਾਨ ਨੂੰ ਲੋਕ ਭੁਲਾ ਨਹੀਂ ਸਕਦੇ ਐਦ ਹਦੀਸਾਂ ਨੇ ਮੋਹਰ ਲਾ ਕੇ ਦਿੱਤੀ ਅਬਦੁਲ ਜਬਾਰ ਗਜ਼ਨਵੀ ਰਹਿਮਤੁੱਲਾਹ ਨੇ ਦਿਓਬੰਦੀਆਂ ਨੇ ਸ਼ੀਆਂ ਨੇ ਬਰੇਲੀਆਂ ਨੇ ਕਿ ਸ਼ਾਹ ਸਾਹਿਬ ਸਾਡੇ ਵਕੀਲ ਹੈ ਇਹ ਅਗਰ ਹਾਰ ਗਿਆ ਸੀ ਸਾਰੇ ਹਾਰ ਗਏ ਅਗਰ ਇਹ ਜਿੱਤ ਗਏ ਸਾਰੇ ਇਹ ਉਹ ਮੁਬਾਸਾ ਲਾਹੌਰ ਜਿਹੜਾ ਪੜ੍ਹਨਾ ਚਾਹੀਦਾ